सत श्री अकाल दोस्तों, मैं सुखप्रीत कौर एक बार फिर तो तुहाड़ा स्वागत कर दी हां तुहाडे अपने प्रोग्राम मेल मिलाप च। अज असीं पहुंचे हां जिला मोगा दे पिंड अजीतवाल पाने इत्थे दे सरपंच गुरिंदर पाल सिंह जी दे नाल, जो कि इत्थों दे मोगा वन ब्लॉक दे प्रेजिडेंट भी ने, ते जानदे हां इन्हां दी कहानी इन्हां दी जुबानी। सत श्री अकाल सर। सत श्री अकाल जी। सर स्वागत है तुहाडा साडे चैनल ते। ਧੰਨਵਾਦ ਜੀ, ਤੁਹਾਡਾ ਵੀ ਸਵਾਗਤ ਹੈ ਜੀ ਖਬਰ ਫਾਸਟ 24 ਦਾ, ਜੋ ਸਾਡੇ ਪਿੰਡ ਵਿੱਚ ਤੁਸੀਂ ਆਏ ਹੋ। ਥੈਂਕ ਯੂ ਸਰ। ਸਰ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਆ ਕਿ ਤੁਹਾਡਾ ਸਰਪੰਚੀ ਦਾ ਸਫ਼ਰ ਕਿੱਦਾਂ ਸਟਾਰਟ ਹੋਇਆ। ਸਰਪੰਚੀ ਦਾ ਸਫ਼ਰ ਤਾਂ ਜੀ ਦੇਖੋ, ਹਰ ਇੱਕ ਸਰਪੰਚ ਦਾ ਜਿਹੜਾ ਸਫ਼ਰ ਹੁੰਦਾ ਉਹ ਲੋਕਾਂ ਦੀ ਸਹਿਮਤੀ ਦੇ ਨਾਲ ਹੀ ਹੁੰਦਾ ਜੀ, ਅਤੇ ਮੈਨੂੰ ਵੀ ਲੋਕਾਂ ਨੇ ਆਪਣਾ ਮਤਦਾਨ ਦਿੱਤਾ ਜੀ। ਸੋ ਇਹਨਾਂ ਦੇ ਮੇਰਾ ਇਹ ਪਹਿਲੀ ਟਰਮ ਹੀ ਆ ਜਦੋਂ ਮੈਂ ਸਰਪੰਚ ਬਣਿਆ ਜੀ। ਇਸ ਤੋਂ ਪਹਿਲਾਂ ਮੈਂ ਕਾਲਜ ਦੇ ਵਿੱਚ ਟੀਚਰ ਸੀਗਾ ਜੀ, ਐਡਮਿਨਿਸਟ੍ਰੇਸ਼ਨ ਕੀਤੀ ਸੀਗੀ, ਕਾਫੀ ਬੱਚੇ ਯੂਥ ਮੇਰੇ ਨਾਲ ਜੁੜਿਆ ਹੋਇਆ ਸੀਗਾ ਜੀ, ਪਿੰਡ ਦਾ ਬਹੁਤ ਵਧੀਆ ਸਹਿਯੋਗ ਮਿਲਿਆ ਜੀ, ਤਾਂ ਜੋ ਅੱਜ ਮੈਂ ਇਸ ਪੋਜੀਸ਼ਨ 'ਤੇ ਪਹੁੰਚਿਆ ਜੀ, ਅਤੇ ਮੈਂ ਆਪਦੇ ਪਿੰਡ ਵਾਲਿਆਂ ਦੇ ਇਸ ਚੀਜ਼ 'ਤੇ ਧੰਨਵਾਦ ਵੀ ਕਰਦਾ। ਸਰ ਇੱਕ ਤਾਂ ਆਪਾਂ ਬੰਦੇ ਨੂੰ ਸ਼ੌਂਕ ਹੁੰਦਾ ਰਾਜਨੀਤਿਕ ਜਾਂ ਸੋਸ਼ਲ ਵਰਕ ਕਰਨ ਦਾ, ਇੱਕ ਹੁੰਦਾ ਕਿ ਆਪਦਾ ਬੈਕਗ੍ਰਾਉਂਡ ਜੋ ਕਿ ਸਿਆਸਤ ਨਾਲ ਜੁੜਿਆ ਹੁੰਦਾ, ਆਪਣੇ ਪਿਛੋਕੜ, ਤੁਹਾਨੂੰ ਸ਼ੌਂਕ ਸੀ ਜਾਂ ਤੁਹਾਡੀ ਫੈਮਿਲੀ ਵਿੱਚੋਂ ਹੀ ਕੋਈ ਰਾਜਨੀਤਿਕ ਵਿੱਚ ਸੀ? ਦੇਖੋ ਜੀ, ਜਿਹੜਾ ਇਹ ਰਾਜਨੀਤੀ ਆ ਇਹ ਸ਼ੌਂਕ ਲਗਨ ਦੇ ਨਾਲ ਹੀ ਹੁੰਦੀ ਹੈ ਜੀ। ਅਤੇ ਜਿਵੇਂ ਪੁਰਾਣੀ ਕਹਾਵਤ ਹੈ ਜੀ, ਮਾਂ ਪਰ ਧੀ ਪਿਤਾ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ। ਉਸ ਦੇ ਮੁਤਾਬਕ ਜੀ ਮੇਰੇ ਜਿਹੜੇ ਦਾਦਾ ਜੀ ਸੀਗੇ, ਉਹ ਜ਼ਿਲ੍ਹਾ ਦੇ ਵਿੱਚ ਸਰਕਲ ਜਥੇਦਾਰ ਸੀਗੇ ਜੀ। ਜੀ ਉਹਨਾਂ ਦੇ ਮੈਨੂੰ ਗੁਰਸਾਂ ਵੱਲੋਂ ਗੁੜਤੀ ਮਿਲੀ ਹੈ ਜੀ ਰਾਜਨੀਤੀ ਦੀ। ਫਿਰ ਮੇਰੇ ਫਾਦਰ ਸਾਹਿਬ ਟੀਚਰ ਸੀਗੇ ਜੀ। ਰਾਜਨੀਤਿਕ ਸ਼ੌਂਕ ਲਗਨ ਇਹਨਾਂ ਸਾਰੀਆਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਜਦੋਂ ਤੁਸੀਂ ਰਾਜਨੀਤੀ ਦੇ ਵਿੱਚ ਹੁੰਦੇ ਹੋ ਜੀ। ਅਤੇ ਜਿਵੇਂ ਪੁਰਾਣੀ ਕਹਾਵਤ ਹੈ ਜੀ, ਮਾਂ ਪਰ ਧੀ ਪਿਤਾ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ। ਸੋ ਜਿਹੜੀ ਇਹ ਜਾਗ ਆ ਰਾਜਨੀਤੀ ਦਾ, ਇਹ ਮੈਨੂੰ ਮੇਰੇ ਦਾਦਾ ਜੀ ਸਰਦਾਰ ਅਜੈਬ ਸਿੰਘ ਜਥੇਦਾਰ ਸਰਕਲ ਮਹਿਣਾ ਤੋਂ, ਉਹਨਾਂ ਨੇ ਮੈਨੂੰ ਮਤਲਬ ਇਸ ਪਾਸੇ ਲਾਇਆ ਜੀ। ਅਤੇ ਉਹਨਾਂ ਦੀ ਜਿਹੜੀ ਲੋਕਾਂ ਦੇ ਵਿੱਚ ਵਿਚਰਦੇ ਸੀ, ਉਹਨਾਂ ਦੇ ਕੰਮ ਸੀਗੇ ਜੀ, ਉਹ ਬੋਲਦੇ ਸੀਗੇ, ਇਸੇ ਕਰਕੇ ਲੋਕਾਂ ਨੇ ਮੈਨੂੰ ਅੱਗੇ ਲੈ ਜਾਂਦਾ। ਨਾਲ ਹੀ ਮੇਰੇ ਫਾਦਰ ਸਾਹਿਬ ਜੀ, ਉਹ ਲੰਮਾ ਸਮਾਂ ਮਤਲਬ ਟੀਚਿੰਗ ਲਾਈਨ ਦੇ ਵਿੱਚ ਹੀ ਉਹਨਾਂ ਦੀ ਸਾਰੀ ਜ਼ਿੰਦਗੀ ਨਿਕਲੀ ਹੈ ਜੀ। ਟੀਚਰ ਸੀਗੇ, ਗੌਰਮੈਂਟ ਜੋਬ 'ਤੇ ਸੀਗੇ ਜੀ, ਅਤੇ ਸਾਡੇ ਪਿੰਡ ਦੇ ਸਕੂਲ 'ਚ ਉਹਨਾਂ ਨੇ ਕਾਫੀ ਲੰਮਾ ਸਮਾਂ ਇੱਥੇ ਜੋਬ ਕੀਤੀ ਹੈ ਜੀ। ਸੋ ਉਹ ਵੀ ਮਤਲਬ ਸਮਾਜ ਦੇ ਵਿੱਚ ਵਿਚਰਦੇ ਸੀਗੇ ਜੀ, ਲੋਕਾਂ ਦੇ ਬੱਚਿਆਂ ਦੇ ਕੰਮ ਜੀ ਨੇੜਤਾ ਦੇ ਨਾਲ ਕਰਨੇ, ਨਿੱਜੀ ਤੌਰ 'ਤੇ ਕਰਨੇ ਜੀ, ਅਤੇ ਇਸ ਕਰਕੇ ਵੀ ਸਾਡੇ ਪਰਿਵਾਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਸੀਗਾ। ਫਿਰ ਮੈਂ ਆਪ ਵੀ ਜੋਬ ਦੇ ਵਿੱਚ ਰਿਹਾ ਜੀ, ਤਾਂ ਮੈਂ ਪਿੰਡ 'ਚ ਹੀ ਜੋਬ ਕੀਤੀ ਹੈ। ਪਹਿਲਾਂ ਤਾਂ ਲਾਜਪਤ ਰਾਏ ਪੋਲੀਟੈਕਨਿਕ ਕਾਲਜ ਹੈ ਜੀ, ਉੱਥੇ HOD ਰਿਹਾ ਜੀ, ਮੈਂ ਇਲੈਕਟ੍ਰੀਕਲ ਡਿਪਾਰਟਮੈਂਟ ਦੇ ਵਿੱਚ। ਮੈਂ BTECH ਹਾਂ ਜੀ ਇਲੈਕਟ੍ਰੀਕਲ ਦੇ ਵਿੱਚ, ਅਤੇ ਫਾਦਰ ਸਾਹਿਬ ਦੀ ਡੈਥ ਹੋਣ ਤੋਂ ਬਾਅਦ ਮੇਰੀ MTECH ਵਿੱਚੇ ਰਹਿ ਗਈ ਸੀ, MTECH ਵੀ ਮੈਂ ਜੁਆਇਨ ਕੀਤੀ ਸੀ। ਸੋ ਉਦੋਂ ਵੀ ਮੇਰੇ ਨਾਲ ਪਿੰਡ ਦੇ ਬੰਦੇ ਆਉਂਦੇ ਰਹੇ, ਉਹਨਾਂ ਦੇ ਬੱਚਿਆਂ ਦੀਆਂ ਪ੍ਰੋਬਲਮ ਜਾਂ ਗਾਈਡਲਾਈਨ ਉਹਨਾਂ ਨੇ ਬੱਚਿਆਂ ਦੀ ਜ਼ਿੰਦਗੀ ਦੇ ਫਿਊਚਰ ਬਾਰੇ ਲੈਣੀ, ਤਾਂ ਇਹੋ ਜਿਹੀਆਂ ਚੀਜ਼ਾਂ ਸੀ ਜੋ ਸਾਡਾ ਪਰਿਵਾਰ ਸ਼ੁਰੂ ਤੋਂ ਕਰਦਾ ਆ ਰਿਹਾ ਸੀ, ਅਤੇ ਲੋਕਾਂ ਦਾ ਸਾਡੇ ਪਰਿਵਾਰ 'ਚ ਵਿਸ਼ਵਾਸ ਸੀਗਾ, ਅਤੇ ਸਾਨੂੰ ਮੈਨੂੰ ਇਸ ਲੈਵਲ 'ਤੇ ਲੈ ਗਿਆ ਜੀ। ਸਰ 2 ਸਾਲ ਹੋ ਗਏ ਤੁਹਾਨੂੰ ਸਰਪੰਚ ਬਣੇ ਨੂੰ, ਕਿਹੜੇ ਕੰਮਾਂ ਨੂੰ ਤੁਸੀਂ ਪਹਿਲ ਦੇ ਆਧਾਰ 'ਤੇ ਕੀਤਾ ਜੋ ਕਿ ਪਹਿਲੇ ਕਾਫੀ ਟਾਈਮ ਤੋਂ ਨਹੀਂ ਹੋ ਪਾ ਰਹੇ ਸੀ? ਦੇਖੋ ਜੀ, ਜਦੋਂ ਮੈਂ ਸਰਪੰਚ ਬਣਿਆ ਜੀ, ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਜੀ, ਉਹਨਾਂ ਦੀ ਰਜ਼ਾ ਤੋਂ ਬਿਨਾਂ ਨਹੀਂ ਬਣਦਾ। ਸਾਡੇ ਕਾਫੀ ਮੇਰੀ ਸੌਰਤ ਤੋਂ ਪਹਿਲਾਂ ਸਾਡੇ ਗੁਰਦੁਆਰਾ ਸੰਧੂ ਪੱਤੀ ਹੈ ਜੀ, ਉਹਦੇ ਬਾਹਰ ਅੱਗੇ ਇੱਟਾਂ ਲੱਗੀਆਂ ਹੋਈਆਂ ਸੀ ਜੀ। ਸੋ ਮੇਰੀ ਪਹਿਲੀ ਰੀਤ ਸੀਗੀ ਜੀ, ਸਾਡੀ ਪੰਚਾਇਤ ਵੀ ਜਦੋਂ ਸਾਡੀ ਪਹਿਲੀ ਮੀਟਿੰਗ ਹੋਈ ਹੈ ਜੀ, ਤਾਂ ਅਸੀਂ ਸਭ ਤੋਂ ਪਹਿਲਾਂ ਉਹਦਾ ਹੀ ਮਤਾ ਪਾਸ ਕੀਤਾ, ਅਤੇ ਅਸੀਂ ਉੱਥੇ ਇੰਟਰਲੋਕ ਦਾ ਕੰਮ ਕਰਾਇਆ ਜੋ ਘੱਟੋ ਘੱਟ 3-4 ਲੱਖ ਰੁਪਈਏ ਦੇ ਵਿੱਚ ਦਾ ਹੋਇਆ ਜੀ। ਅਤੇ ਤੁਸੀਂ ਹੁਣ ਜਾ ਕੇ ਉੱਥੇ ਦੇਖੋ ਜੀ, ਬਹੁਤ ਸੋਹਣਾ ਜੀ, ਪਿੰਡ ਦੇ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਜਦੋਂ ਕੋਈ ਬਾਹਰਲੇ, ਸਾਡੀ ਮੇਨ ਉਹ ਸੱਥ ਆ ਪਿੰਡ ਦੀ ਜੀ, ਅਤੇ ਬੜਾ ਵਧੀਆ ਉੱਥੇ, ਸਾਨੂੰ ਆਪ ਨੂੰ ਵੀ ਪ੍ਰਾਊਡ ਫੀਲ ਹੁੰਦਾ ਵੀ ਯਾਰ ਅਸੀਂ ਆਹ ਕੰਮ ਕੀਤਾ। ਬਾਕੀ ਜੀ ਪਿੰਡ ਦੇ ਕੱਚੇ ਰਸਤੇ ਸੀ, ਅਸੀਂ ਉਹ ਬਣਵਾਏ ਜੀ, ਪਾਣੀ ਦੇ ਨਿਕਾਸ ਵਾਸਤੇ ਸੀਵਰੇਜ ਲਾਈਨ ਸਾਡੀ ਪਹਿਲਾਂ ਦੀ ਪੰਚਾਇਤ ਨੇ ਚਲਾਈ ਸੀ, ਜੋ ਅਨਕੰਪਲੀਟ ਸੀ ਉਹ ਮੈਂ ਕੰਪਲੀਟ ਕਰਾਈ ਸੀ। ਹੁਣ ਵੀ ਅਸੀਂ ਇੱਕ ਪਾਈਪਲਾਈਨ ਰੀਸੈਂਟਲੀ ਜਲਦੀ ਸਟਾਰਟ ਕਰਾਵਾਂਗੇ ਜੀ, ਸਾਡੀ SC ਧਰਮਸ਼ਾਲਾ ਜੀ, ਉੱਥੇ ਉਹ ਕੱਚੀ ਸੀਗੀ ਜੀ, ਉਹਨੂੰ ਮੈਂ ਪੱਕਾ ਕਰਵਾਇਆ ਜੀ। ਸਾਡੇ ਕਾਫੀ 6-7 ਗਲੀਆਂ ਜੀ ਜਿਹੜੀਆਂ ਇੰਟਰਲੋਕ ਲਵਾਇਆ ਜੀ ਉੱਥੇ, ਅਤੇ ਜਿਹੜੀ ਸਾਡੀ ਇੱਕ ਸਕੂਲ ਦੇ ਵਿੱਚ ਗਰਾਊਂਡ ਹੈ ਜੀ, ਜੋ ਸਕੂਲ ਦਾ ਅਤੇ ਪਿੰਡ ਦੇ ਰਲ ਕੇ ਵਰਤਦੇ ਆ ਜੀ, ਫੁੱਟਬਾਲ ਗਰਾਊਂਡ ਹੈ ਸਾਡੇ ਪਿੰਡ ਦੀ, ਫੁੱਟਬਾਲ ਦੀ ਟੀਮ ਬਹੁਤ ਮਤਲਬ ਬਹੁਤ ਵਧੀਆ ਵਧੀਆ ਪਲੇਅਰ ਉਹਨਾਂ ਨੇ ਦਿੱਤੇ ਆ ਜੀ ਸਾਡੇ ਇਸ ਮੋਗੇ ਜ਼ਿਲ੍ਹੇ ਨੂੰ ਜੀ, ਅਤੇ ਉਹ ਕਿਤੇ ਪਿੱਛੜ ਗਈ ਸੀਗੀ ਜੀ। ਤੁਸੀਂ ਪਹਿਲਾਂ ਗਰਾਊਂਡ, ਅੱਜ ਤੋਂ 2 ਸਾਲ ਪਹਿਲਾਂ ਦਾ ਗਰਾਊਂਡ, ਅਤੇ ਹੁਣ ਜਾ ਕੇ ਤੁਸੀਂ ਝਾਤੀ ਮਾਰੋ
ਤਾਂ ਉੱਥੇ ਕਟਿੰਗ ਗਰਾਸ ਅਸੀਂ ਵਧੀਆ ਉਹਨੂੰ ਕੀਤਾ ਜੀ, ਪਾਣੀ ਦਾ ਪ੍ਰਬੰਧ ਅਸੀਂ ਕਰ ਰਹੇ ਹਾਂ ਜੀ, ਹੁਣ ਸ਼ਾਇਦ ਮੋਟਰ ਅਸੀਂ ਉੱਥੇ ਲਵਾਵਾਂਗੇ, ਅਤੇ ਗਰਾਊਂਡ ਦੇ ਆਲੇ ਦੁਆਲੇ ਅਸੀਂ ਇੰਟਰਲੋਕਿੰਗ ਦਾ ਕੰਮ ਸਟਾਰਟ ਕੀਤਾ ਜੀ, ਤਾਂ ਜੋ ਲੋਕ ਜੋਗਿੰਗ ਕਰ ਸਕਣ ਜੀ ਉੱਥੇ। ਸਰ ਜਿੱਦਾਂ ਕਿ ਤੁਸੀਂ ਗਰਾਊਂਡ ਦੀ ਗੱਲ ਕੀਤੀ ਹੈ, ਬੱਚਿਆਂ ਦੀ ਗੱਲ ਕੀਤੀ ਹੈ, ਕਿ ਤੁਹਾਡੇ ਪਿੰਡ ਵਿੱਚ ਟੂਰਨਾਮੈਂਟ ਵੀ ਕਰਵਾਏ ਜਾਂਦੇ ਆ? ਹਾਂਜੀ, ਸਾਡੇ ਹਰ ਸਾਲ ਟੂਰਨਾਮੈਂਟ ਹੁੰਦਾ ਜੀ, ਸਾਡੇ ਕਲੱਬ ਹੈ ਸ਼ਹੀਦ ਭਗਤ ਸਿੰਘ ਜੀ ਸਪੋਰਟਸ ਕਲੱਬ ਹੈ ਜੀ, ਜੀ ਬਹੁਤ ਲੰਬੇ ਸਮੇਂ ਤੋਂ, ਬਹੁਤ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਜੀ ਵੀ ਫੁੱਟਬਾਲ ਦਾ ਤਾਂ ਮਤਲਬ ਸਾਡੇ ਜੀ ਆਸੇ ਪਾਸੇ ਦੇ ਪਿੰਡ ਕਹਿੰਦੇ ਹੁੰਦੇ ਸੀ, ਪਤਾ ਨਹੀਂ ਕਿਹੜੀ ਦਾਈ ਆ ਜਿਹੜੀ ਬੱਚੇ ਨੂੰ ਜੰਮਦੀ ਹੈ ਕਿ ਬੱਚਾ ਜੰਮਦਾ ਹੀ ਫੁੱਟਬਾਲ ਖੇਡਣ ਲੱਗ ਜਾਂਦਾ। ਸੋ ਪਿਛਲੇ ਕੁਝ ਸਮੇਂ ਤੋਂ ਪਿਛੜ ਗਿਆ ਸੀਗਾ ਜੀ, ਮੈਂ ਉਹਨੂੰ ਹੁਣ ਕਾਫੀ ਨੇੜੇ ਲੈ ਕੇ ਆਇਆ ਜੀ, ਬੱਚੇ ਰੌਣਕ ਬਹੁਤ ਹੋਣ ਲੱਗ ਗਈ ਗਰਾਊਂਡ ਦੇ ਵਿੱਚ ਜੀ। ਅਸੀਂ ਇੱਕ ਸਾਡਾ ਪੁਰਾਣਾ ਪਲੇਅਰ ਹੈ ਜੀ ਬਾਬੂ, ਉਹਨੂੰ ਅਸੀਂ ਮਤਲਬ ਰਿਕੁਐਸਟ ਕੀਤੀ ਹੈ ਅਤੇ ਉਹ ਹੁਣ ਉਹਨਾਂ ਨੂੰ ਕੋਚਿੰਗ ਵੀ ਦੇ ਰਿਹਾ ਜੀ ਪਰਸਨਲ, ਉਹ ਸੁਬਹਾ ਅਤੇ ਸ਼ਾਮ ਉਹਨੇ ਟਾਈਮ ਦੇਣਾ ਹੀ ਦੇਣਾ ਆਪਦੇ ਨਿੱਜੀ ਕੰਮਾਂ 'ਚੋਂ। ਬਾਕੀ ਸਾਡੇ NRI ਵੀਰ ਆ ਜੀ, ਉਹ ਮਦਦ ਕਰ ਰਹੇ ਨੇ ਜੀ ਉਹਨਾਂ ਦੀ ਡਾਈਟ ਦੀ, ਉਹਨਾਂ ਦੇ ਖੇਡ ਦੀ। ਜਿੱਥੇ ਟੂਰਨਾਮੈਂਟ ਹੁੰਦਾ ਅਸੀਂ ਨਿੱਜੀ ਤੌਰ 'ਤੇ ਮੈਂ ਜਾਣਾ ਵੀ ਹਾਂ ਜੀ, ਮੈਂ ਆਪਦੇ ਮੇਰੇ ਨਾਲ ਦੇ ਜਿਹੜੇ ਬੰਦੇ ਨੇ 3-4 ਜੀ, ਅਸੀਂ ਜਿਹੜੇ ਸਪੋਰਟਸ ਦੇ ਵਿੱਚ ਇੰਟਰਸਟ ਰੱਖਦੇ ਹਾਂ, ਜਿੱਥੇ ਕਿਤੇ ਵੀ ਟੂਰਨਾਮੈਂਟ ਹੁੰਦਾ ਅਸੀਂ ਪਿੱਛੇ ਜਾ ਕੇ ਟੀਮ ਦੀ ਹੌਸਲਾ ਅਫਜਾਈ ਵਾਸਤੇ ਖੜ੍ਹਦੇ ਹਾਂ ਜੀ। ਕੋਈ ਉਹਨਾਂ ਦੀ ਖਾਤਰ ਕੋਈ ਗੱਲ ਹੋਵੇ, ਕੋਈ ਡਾਈਟ ਦਾ, ਸਾਰੀ ਚੀਜ਼ ਅਸੀਂ ਪ੍ਰੋਪਰ ਉਹਨਾਂ ਨੂੰ ਜਿੰਨੀ ਵੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਉਨੀ ਵੱਧ ਤੋਂ ਵੱਧ ਕਰਦੇ ਹਾਂ ਜੀ। ਸਰ ਤੁਹਾਡੇ ਪਿੰਡ ਦਾ ਸਿੱਖਿਆ ਪੱਧਰ ਕਿੱਥੋਂ ਤੱਕ ਦਾ? ਜੇ ਸਿੱਖਿਆ ਪੱਧਰ ਦੀ ਗੱਲ ਕਰੀਏ ਜੀ, ਸਾਡਾ ਜਿਹੜਾ ਸਕੂਲ ਹੈ ਉਹ +2 ਹੈ ਜੀ, ਜੀ ਬਹੁਤ ਵਧੀਆ ਟੀਚਰ ਨੇ, ਬਹੁਤ ਵਧੀਆ ਸਟਾਫ ਹੈ, ਜਿਹੜਾ ਸਰਕਾਰੀ ਸਕੂਲ ਹੈ ਜੀ। 2 ਸਾਡੇ ਇੱਥੇ ਨਿੱਜੀ ਸਕੂਲ ਨੇ ਜੀ, ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਹੌਲੀ ਹਾਰਟ ਸਕੂਲ, ਦੋਨੇ ਕੋਨਵੈਂਟ ਦੇ ਨਾਲ ਰਿਲੇਟਡ ਨੇ ਜੀ, ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਸਕੂਲ ਹੈ ਜੀ, ਬਹੁਤ ਵਧੀਆ ਪੁਰਾਣੇ ਸਕੂਲ ਨੇ, ਬਹੁਤ ਸੋਹਣਾ ਉਹਨਾਂ ਦਾ ਵੀ ਚੱਲ ਰਿਹਾ ਜੀ, ਬੜਾ ਵਧੀਆ ਸਟਾਫ ਹੈ ਜੀ। ਇੱਕ ਸਾਡੇ ਪੋਲੀਟੈਕਨਿਕ ਕਾਲਜ ਹੈ ਜੀ, ਲਾਲਾ ਲਾਜਪਤ ਰਾਏ ਪੋਲੀਟੈਕਨਿਕ, ਜਿਵੇਂ ਮੈਂ ਦੱਸਿਆ ਮੈਂ ਉੱਥੇ ਤਾਂ ਮੈਂ ਆਪ ਖੁਦ ਜੋਬ ਕੀਤੀ ਹੈ ਜੀ, ਅਤੇ ਬਹੁਤ ਮਤਲਬ ਸਭ ਤੋਂ 1997 ਦਾ ਕਾਲਜ ਹੈ ਜੀ, ਉਹ ਜਿਹੜੇ ਪਹਿਲੇ ਟੈਕਨੀਕਲ ਕਾਲਜ ਖੁੱਲ੍ਹੇ ਸੀਗੇ ਉਹਨਾਂ 'ਚੋਂ ਇੱਕ ਹੈ ਜੀ, ਬਹੁਤ ਪੁਰਾਣਾ, ਬਹੁਤ ਤਕੜੇ ਤਕੜੇ ਇੰਜੀਨੀਅਰ, ਬਹੁਤ ਤਕੜੇ ਤਕੜੇ ਉਹਨਾਂ ਨੇ ਚੰਗੇ ਮਤਲਬ ਪੋਸਟਾਂ 'ਤੇ ਬੰਦੇ ਨੇ ਜੀ, ਠੀਕ ਹੈ ਜੀ, ਅਤੇ ਬਹੁਤ ਵਧੀਆ ਉਹਨਾਂ ਦਾ ਵੀ ਹੈਗਾ ਜੀ। ਨਾਲ ਸਾਡੇ ਇੱਥੇ ਇੱਕ BEd ਕਾਲਜ ਹੈ ਜੀ, ਓਕੇ, ਅਤੇ ਇਹ ਤੁਸੀਂ ਰੋਡ 'ਤੇ ਜਾਓਗੇ ਤਾਂ MLM ਕਾਲਜ ਹੈ ਜੀ, ਉਹ ਹੱਦ ਤਾਂ ਕਿਲੀ ਦੀ 'ਚ ਹੈ ਜੀ, ਪਰ ਉਹ ਕਾਗਜ਼ਾਂ 'ਚ ਅਜੀਤਵਾਲ ਦੇ ਨਾਲ ਹੀ ਹੈ ਜੀ। ਸਰ 6 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਕਰੋਨਾ ਕਾਲ ਨੂੰ, ਜੋ ਕਿ ਪੂਰੇ ਦੇਸ਼ ਵਿੱਚ ਪੂਰੇ ਵਿਸ਼ਵ 'ਚ ਫੈਲ ਚੁੱਕਿਆ, ਔਰ ਜਿਹਦੇ ਕਰਕੇ ਪੰਜਾਬ ਦੇ ਵਿੱਚ 3 ਮਹੀਨੇ ਲੋਕਡਾਊਨ ਵੀ ਲਗਾਇਆ ਗਿਆ, ਉਸ ਦੌਰਾਨ ਤੁਹਾਡੇ ਪਿੰਡ ਦੀ ਕੀ ਸਥਿਤੀ ਰਹੀ ਹੈ? ਦੇਖੋ ਜੀ, ਜਿਹੜਾ ਸਾਡਾ ਪਿੰਡ ਆ ਜੀ, ਸਾਡਾ ਪਿੰਡ ਸਬ ਤਹਿਸੀਲ ਆ ਜੀ, ਜੀ ਇਸੇ ਆਲੇ ਦੁਆਲੇ ਦੇ ਲੋਕ ਆ ਜਿਨ੍ਹਾਂ ਨੂੰ ਇੱਥੇ ਕੰਮ ਕਰਨ ਆਉਂਦੇ ਆ ਜੀ। ਸਾਡੇ 5-4 ਚੀਜ਼ਾਂ ਨੇ, ਜਿਵੇਂ ਪੁਲਿਸ ਸਟੇਸ਼ਨ ਸਾਡੇ ਪਿੰਡ ਆ ਜੀ, ਪਟਵਾਰਖਾਨਾ ਸਾਡੇ ਪਿੰਡ ਆ ਜੀ, ਤਹਿਸੀਲ ਸਾਡੇ ਪਿੰਡ ਆ ਜੀ, ਅਤੇ ਆਲਮੋਸਟ ਤਕਰੀਬਨ ਇੱਕ ਦੋ ਛੱਡ ਕੇ ਬਾਕੀ ਤਕਰੀਬਨ ਸਾਰੀਆਂ ਬੈਂਕਾਂ ਹੀ ਆ, ਐਕਸਿਸ, ਕੇਨਰਾ, ਸਿੰਧ ਬੈਂਕ ਜੀ, ਆਪਣੀ ਨੈਸ਼ਨਲ ਬੈਂਕ ਨਹੀਂ ਹੈਗੀ ਸਾਡੇ, ਸੋਰੀ ਨੈਸ਼ਨਲ ਬੈਂਕ ਹੈ ਨਹੀਂ ਜੀ, SBI ਬੈਂਕ ਹੈਗੀ ਆ ਜੀ, ਪੰਜਾਬ ਬੈਂਕ ਆਫ ਪੰਜਾਬ ਸੀਗੀ ਜੀ, ਉਹ ਮਰਜ ਕਰ ਗਈ SBI ਦੇ ਵਿੱਚ, ਤਕਰੀਬਨ ਸਾਰੀਆਂ ਹੀ ਬੈਂਕਾਂ ਸਾਡੇ ਪਿੰਡ ਦੇ ਵਿੱਚ ਅਵੇਲੇਬਲ। ਸੋ ਸਾਰੇ ਲੋਕਾਂ ਦੇ ਇੱਥੇ ਰੁਝਾਨ ਰਿਹਾ ਹੀ ਹੈ ਜੀ, ਪਰ ਸਾਡੇ ਹੁਣ ਰੇਲਵੇ ਸਟੇਸ਼ਨ ਸਾਡੇ ਆ ਜੀ, ਅਤੇ ਇੱਥੇ ਇੱਕ ਜਿਹੜਾ FCI ਦੇ ਲੋਡਿੰਗ ਆ ਮਾਲ ਗੱਡੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ, ਉਹ ਵੀ ਸਾਡੇ ਇੱਥੇ ਆਉਂਦੀਆਂ। ਸੋ ਸਾਡੇ ਪਿੰਡ ਬਚਾ ਰਿਹਾ ਜੀ, ਪਿੱਛੇ ਜੇ 7-8 ਬੰਦੇ ਪੋਜ਼ਿਟਿਵ ਨਿਕਲੇ ਆਏ ਸੀਗੇ ਜੀ, ਪਰ ਉਹਨਾਂ ਨੇ ਵੀ ਬਹੁਤ ਹੀ ਸਾਡਾ ਪੰਚਾਇਤ ਦਾ, ਪ੍ਰਸ਼ਾਸਨ ਦਾ ਸਾਥ ਦਿੱਤਾ, ਆਪਣੇ ਘਰ ਬੈਠ ਕੇ ਉਹ ਕੁਆਰੰਟਾਈਨ ਹੋਏ ਜੀ, ਇਕਾਂਤਵਾਸ ਉਹਨਾਂ ਨੂੰ ਘਰਾਂ 'ਚ ਹੀ ਕੀਤਾ ਗਿਆ ਜੀ, ਅਤੇ ਇਸ ਕਰਕੇ ਉਹ ਵੀ ਹੁਣ ਨੋਰਮਲ ਨੇ ਜੀ, ਕੋਈ ਇੱਦਾਂ ਦੀ ਉਹਨਾਂ ਦੀ ਦਿੱਕਤ ਨਹੀਂ ਆਈ ਜੀ, ਅਤੇ ਵਧੀਆ ਹੀ ਰਿਹਾ ਜੀ, ਕੋਈ ਇੱਦਾਂ ਨਹੀਂ। ਫਿਰ ਅਸੀਂ 800 ਦੇ ਕਰੀਬ ਰਾਸ਼ਨ ਕਿੱਟਾਂ ਵੰਡੀਆਂ ਜੀ, ਉਦੋਂ ਬਾਅਦ ਮੇਰੇ ਕੋਲ 350-350 ਸਰਕਾਰੀ ਕਿੱਟਾਂ ਜੀ, ਜੋ ਪੰਜਾਬ ਸਰਕਾਰ ਸਰਦਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਭੇਜੀਆਂ ਸੀਗੀਆਂ ਪਿੰਡਾਂ ਦੇ ਵਿੱਚ ਜੀ, ਉਹ ਵੀ ਅਸੀਂ ਵੰਡੀਆਂ ਜੀ। ਤੋ ਤਕਰੀਬਨ ਅਸੀਂ ਭੁੱਖਾ ਕੋਈ ਨਹੀਂ ਸੌਣ ਦਿੱਤਾ ਜੀ ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ ਲੋਕਾਂ ਕੋਲ ਕੰਮ ਨਹੀਂ ਸੀ। ਫਿਰ ਸਾਡੇ ਇੱਥੇ ਗੁਰਦੁਆਰਾ ਡੇਰਾ ਬਾਬਾ ਸਮਾਧਾ, ਸਾਡੇ ਅਨੰਦਪੁਰ ਸਾਹਿਬ ਦੀ ਲੰਗਰ ਕਮੇਟੀ ਹੈ ਜੀ, ਯੂਥ ਦੇ ਬਹੁਤ ਬੰਦੇ ਨੇ ਜੀ, ਅਸੀਂ ਸਾਰਿਆਂ ਨੇ ਇੱਕ ਉਪਰਾਲਾ ਕਰਕੇ, ਜਿਵੇਂ ਤੁਸੀਂ ਦੱਸਿਆ 800 ਤਾਂ ਅਸੀਂ ਕਿੱਟ ਹਰ ਇੱਕ ਘਰ ਦੇ ਵਿੱਚ ਪਹੁੰਚਦੀ ਕੀਤੀ ਜੀ, ਅਤੇ ਨਾਲ ਹੀ ਅਸੀਂ ਡੇਰਾ ਬਾਬਾ ਸਮਾਧਾਂ ਵਿਖੇ ਜੀ ਲੰਗਰ ਚਲਾਇਆ, ਸੰਤ ਬਾਬਾ ਬਲਵਿੰਦਰ ਸਿੰਘ ਦੀ ਰਹਿਨਮਾਈ ਹੇਠ ਉਹ ਚੱਲਿਆ ਜੀ, ਉਹਨਾਂ ਦੀ ਨਿਗਰਾਨੀ ਹੇਠ ਚੱਲਿਆ ਜੀ, ਪਿੰਡ ਦਾ ਸਾਰੇ ਦਾ ਸਹਿਯੋਗ ਸੀਗਾ ਜੀ, ਉਹਨਾਂ ਨੇ ਕੀਤਾ ਜੀ।
ਤੇ ਉਹ ਮੇਰੇ ਖਿਆਲ ਜੀ ਡੇਢ ਤੋਂ ਦੋ ਮਹੀਨੇ ਅਸੀਂ ਉਹ ਲੰਗਰ ਚੱਲਿਆ, ਕੰਟੀਨਿਊ ਲੰਗਰ ਚੱਲਿਆ ਜੀ। ਸੁਬਹਾ ਸ਼ਾਮ ਲੋਕ ਇੱਕ ਇੱਕ ਪਰਿਵਾਰ ਦਾ ਬੰਦਾ ਜਾਂਦਾ ਸੀਗਾ ਜੀ, ਸੋਸ਼ਲ ਡਿਸਟੈਂਸ ਨੂੰ ਮੇਨਟੇਨ ਰੱਖਦੇ ਹੋਏ, ਜਿਹੜੀਆਂ ਕਰੋਨਾ ਦੀਆਂ ਗਾਈਡਲਾਈਨ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਅਸੀਂ ਉਹ ਜਿਹੜਾ ਲੰਗਰ ਚਲਾਇਆ। ਵੀ ਸਿਰਫ ਓਨੇ ਕੁ ਬੰਦੇ ਉੱਥੇ, ਬਹੁਤ ਵੱਡਾ ਹਾਲ ਆ ਜੇ ਤੁਸੀਂ ਜਾ ਕੇ ਦੇਖੋ ਜੀ, ਤਾਂ ਅਸੀਂ ਉੱਥੋਂ 20 ਤੋਂ 25 ਬੰਦੇ ਹੀ ਬਿਠਾਉਂਦੇ ਸੀ ਉਹਨਾਂ ਨੂੰ ਘਰਾਂ ਦੇ ਵਾਸਤੇ ਲੰਗਰ, ਉਹਨਾਂ ਨੂੰ ਪੈਕਟ ਦੇ ਦਿੰਦੇ ਸੀ ਜਾਂ ਉਹ ਆਪਦੇ ਕੋਈ ਭਾਂਡੇ ਲੈ ਆਉਂਦੇ ਸੀ, ਉਹਨਾਂ 'ਚ ਪੈਕ ਕਰਾ ਕੇ ਉਹ ਲੈ ਜਾਂਦੇ ਸੀ। ਸੋ ਅਸੀਂ ਕਰੋਨਾ ਦੇ ਵਿੱਚ ਜਿੰਨਾ ਵੀ ਮਤਲਬ ਲੋਕਾਂ ਨੂੰ ਸੰਭਾਲ ਸਕਦੇ ਸੀਗੇ ਉਹਨਾਂ ਅਸੀਂ ਵੱਧ ਤੋਂ ਵੱਧ ਸੰਭਾਲਿਆ ਜੀ। ਸਰ ਤੁਹਾਡੇ ਪਿੰਡ ਦਾ ਨਰੇਗਾ ਦਾ ਕੰਮ ਕਿੱਦਾਂ ਚੱਲ ਰਿਹਾ ਅਤੇ ਕਿੰਨੇ ਕੁ ਕਾਰਡ ਬਣੇ ਹੋਏ ਆ? ਸਾਡੇ ਜੀ ਘੱਟੋ ਘੱਟ 800 ਤੋਂ 900 ਕਾਰਡ ਨਰੇਗਾ ਦੇ ਬਣੇ ਹੋਏ ਆ ਜੀ। ਠੀਕ ਹੈ। ਅਤੇ ਨਰੇਗਾ ਦਾ ਕੰਮ ਜਿੱਦਣ ਦਾ ਮੈਂ ਸਰਪੰਚ ਬਣਿਆ ਜੀ, ਤਕਰੀਬਨ ਲੋਕਡਾਊਨ ਦੇ ਵਿੱਚ ਥੋੜ੍ਹਾ ਜਿਹਾ ਸਮਾਂ ਬੰਦ ਰਿਹਾ ਜੀ, ਅਦਰਵਾਈਜ਼ ਕੰਟੀਨਿਊ ਚੱਲਦਾ ਹੀ ਰਹਿੰਦਾ। ਸਾਡੇ ਇੱਥੇ ਬਹੁਤ ਵੱਡਾ ਛੱਪੜ ਸੀਗਾ ਜੀ, ਜਿਹੜਾ ਨਰੇਗਾ ਦੇ ਅੰਦਰ ਥਾਪਰ ਮਾਡਲ ਇੱਕ ਪੰਜਾਬ ਸਰਕਾਰ ਨੇ ਸਟਾਰਟ ਕੀਤਾ ਜੀ, ਉਹਦਾ ਅਸੀਂ ਟਰੀਟਮੈਂਟ ਪਲਾਂਟ ਬਣਾ ਰਹੇ ਹਾਂ। ਉਹਦੇ ਵਿੱਚ ਅਸੀਂ ਜੀ ਪਿੰਡ ਦਾ ਪਾਣੀ ਇਕੱਠਾ ਕਰਕੇ 3 ਜਿਵੇਂ ਆਪਣੇ ਟੋਇਲਟ ਵਾਲੇ ਆਪਣੇ ਡੈੱਗ ਹੁੰਦੇ ਆ ਜੀ, ਉਵੇਂ 3 ਡੈੱਗ ਬਣਨਗੇ ਜੀ। ਉਹਨਾਂ 'ਚੋਂ ਫਿਲਟਰ ਹੋ ਕੇ ਪਾਣੀ ਇੱਕ ਪੌਂਡ ਦੇ ਵਿੱਚ ਜਾਊਗਾ ਜੀ, ਉਹ ਪੱਕਾ ਹੋਊਗਾ ਪੌਂਡ ਜੀ। ਉਦੋਂ ਬਾਅਦ 2 ਪੌਂਡ ਅੱਗੇ ਨੇ ਜੀ, ਉਹਨਾਂ ਵਿੱਚ ਉਹ ਪਾ ਕੇ ਜੀ ਉਹਦੇ ਵਿੱਚ ਅਸੀਂ ਇੱਕ ਨਾਲ ਹੀ ਇੱਕ ਛੱਪੜ ਬਣਾਇਆ ਜਿਹਨੂੰ ਜਿੱਥੇ ਅਸੀਂ ਮੱਛੀ ਸਾਡੀ ਛੱਡੀ ਹੋਈ ਆ, ਠੇਕੇ 'ਤੇ ਦਿੱਤੀ ਹੋਈ ਆ ਜੀ। ਅਸੀਂ ਉਹ ਪਾਣੀ ਆ ਜਿਹੜਾ ਉਹ ਮੋਟਰ ਨਾਲ ਭਰਦੇ ਹਾਂ, ਅਸੀਂ ਚਾਹੁੰਦੇ ਵੀ ਉਹ ਫਿਲਟਰ ਪਾਣੀ ਹੋਊਗਾ ਜੀ, ਉਹਦੇ ਨਾਲ ਮੱਛੀਆਂ ਦੇ ਨਾਲ ਸਾਫ਼ ਪਾਣੀ ਹੋਊਗਾ। ਫਿਰ ਟਰੀਟਮੈਂਟ ਕੀਤਾ ਹੋਇਆ ਪਾਣੀ, ਉਹ ਟਰੀਟਮੈਂਟ ਪਲਾਂਟ ਆ ਜੀ, ਥਾਪਰ ਮਾਡਲ ਦੇ ਅੰਡਰ ਟਰੀਟਮੈਂਟ ਪਲਾਂਟ ਅਸੀਂ ਪਿੰਡ ਚਲਾ ਰਹੇ ਹਾਂ। ਅਤੇ ਇੱਕ ਅਸੀਂ ਉੱਥੋਂ ਸੇਮ ਨਾਲੇ ਦੇ ਥਰੂ ਪਿੰਡ ਜਿਹੜੇ ਸਾਡੇ ਪਿੰਡ ਦੇ ਖੇਤ ਆ ਜੀ, ਉਹਨਾਂ ਦੇ ਵਿੱਚ ਅਸੀਂ ਉਹ ਪਾਣੀ ਪਹੁੰਚਦਾ ਕਰਾਂਗੇ ਜੀ। ਇਹ ਨਰੇਗਾ ਦੇ ਅੰਡਰ ਸਾਡਾ ਪ੍ਰੋਜੈਕਟ ਹੈ ਜੋ ਡੀ ਸੀ ਸਾਹਿਬ ਨੇ ਅਤੇ ਪੰਜਾਬ ਸਰਕਾਰ ਨੇ ਸਾਨੂੰ ਦਿੱਤਾ ਜੀ। ਉਹ ਕਾਫੀ ਉਹਦੇ 3 ਪਾਰਟ ਬਣ ਚੁੱਕੇ ਆ ਜੀ, ਉਦੋਂ ਬਾਅਦ ਬਾਰਿਸ਼ਾਂ ਸਟਾਰਟ ਹੋ ਗਈਆਂ ਸੀਗੀਆਂ ਜੀ, ਅਤੇ ਹੁਣ ਰੀਸੈਂਟਲੀ ਅਸੀਂ 1-2 ਦਿਨਾਂ ਦੇ ਵਿੱਚ ਜਾਂ ਨੈਕਸਟ ਵੀਕ ਤੱਕ ਸਾਡਾ ਉਹ ਦੁਬਾਰਾ ਮਨਜ਼ੂਰੀ ਲੈ ਕੇ ਅਤੇ ਅਸੀਂ ਦੁਬਾਰਾ ਚਲਾਵਾਂਗੇ ਜੀ। ਸਰ ਅੱਜ ਦਾ ਇੱਕ ਮੁੱਦਾ ਚੱਲ ਰਿਹਾ ਕਿਸਾਨਾਂ ਨੂੰ ਲੈ ਕੇ, ਜੋ ਕਿ ਮੋਦੀ ਸਰਕਾਰ ਨੇ ਆਰਡੀਨੈਂਸ ਬਿੱਲ ਪਾਸ ਕੀਤੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ, ਮੈਂ ਤਾਂ ਇਹੀ ਕਹੂੰਗਾ ਵੀ ਮੋਦੀ ਸਾਹਿਬ ਨੂੰ ਰੱਬ ਸਮੱਤ ਬਖਸ਼ੇ ਜੀ, ਕਿਉਂਕਿ ਜਿਹੜੀ ਮੋਦੀ ਸਰਕਾਰ ਆਈ ਉਹ ਪਬਲਿਕ ਨੇ ਬਣਾਈ ਹੈ, ਅਤੇ ਜਿਹੜਾ ਇਹ ਬਿੱਲ ਹੈ ਇਹ ਪਬਲਿਕ ਦੇ ਹਿੱਤ 'ਚ ਬਿਲਕੁਲ ਵੀ ਨਹੀਂ ਹੈ ਜੀ। ਉਹ ਲੋਕਾਂ ਏ ਸੀ ਕਮਰਿਆਂ 'ਚ ਬੈਠ ਕੇ ਕੋਪਰੇਟ ਘਰਾਣਿਆਂ ਦੇ ਨਾਲ ਮਿਲ ਕੇ ਬਿੱਲ ਪਾਸ ਕਰ ਰਹੇ ਨੇ ਜੀ, ਅਤੇ ਜਿਹੜੇ ਲੋਕ ਆ ਪਬਲਿਕ ਆ ਉਹਨੂੰ ਇਹ ਮੰਦੀ ਦੇ ਵੱਲ ਲਿਜਾ ਰਹੇ ਨੇ। ਇਹ ਜਿਹੜੇ ਬਿੱਲ ਨੇ ਬਹੁਤ ਹੀ ਮਾੜੇ ਬਿੱਲ ਨੇ ਜੀ। ਦੇਖੋ ਜੀ, ਪਹਿਲਾਂ ਤਾਂ ਮਤਲਬ ਨੋਟਬੰਦੀ ਕੀਤੀ ਮੋਦੀ ਸਰਕਾਰ ਨੇ, ਫਿਰ ਜੀ ਐੱਸ ਟੀ ਲਾਗੂ ਹੋਇਆ ਜੀ, ਅਤੇ ਤੁਸੀਂ ਸਾਰੇ ਜਾਣਦੇ ਹੋ ਬਾਜ਼ਾਰ ਦੇ ਵਿੱਚ ਕਿੰਨਾ ਮੰਦਾ ਹਾਲ ਹੈ ਜੀ। ਗਾਹਕ ਤਾਂ ਲੱਭਿਆ ਨਹੀਂ ਥੇ ਆਉਂਦਾ ਜੀ, ਅਤੇ ਹਰ ਚੀਜ਼ ਆ ਜਿਹੜੀ ਛੋਟਾ ਵਰਗ ਦੇ ਜ਼ਿਮੀਦਾਰ ਨੇ, ਮੰਨ ਲਓ ਇੱਕ ਪੰਜਾਬ ਸਟੇਟ ਆ ਜੀ, ਇਹ ਟੋਟਲੀ ਜਿਹੜੀ ਐਗਰੀਕਲਚਰ ਦੇ ਉੱਤੇ ਡਿਪੈਂਡ ਆ ਜੀ। ਜਿਹੜੀ ਖੇਤੀ ਆ ਸਾਡੇ ਵਾਸਤੇ ਮਤਲਬ ਇੱਕੋ ਇੱਕ ਆਮਦਨ ਦਾ ਸਾਧਨ ਆ, ਉਹ ਖੇਤੀ ਹੈ ਜੀ। ਅਤੇ ਉਸ ਚੀਜ਼ ਦੇ ਵਿੱਚ ਵੀ ਇਹਨਾਂ ਨੇ ਜਿਹੜੇ ਮੋਦੀ ਸਰਕਾਰ ਨੇ ਬਿੱਲ ਪਾਸ ਕੀਤੇ ਨੇ, ਚਾਹੇ ਉਹ ਆਪਣਾ ਕੰਟਰੈਕਟ ਬੇਸ ਫਾਰਮਿੰਗ ਦਾ ਹੋਵੇ ਜੀ, ਜਾਂ ਜਮ੍ਹਾਂਖੋਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ, ਉਹ ਹੋਇਆ ਜੀ, ਇਹ ਜਿਹੜੇ 3 ਬਿੱਲ ਨੇ ਇਹ ਬਹੁਤ ਲੋਕ ਮਾਰੂ ਨੇ, ਅਤੇ ਕਿਸਾਨ ਤਾਂ ਪਹਿਲਾਂ ਹੀ ਫਾਹੇ ਲੈ ਰਿਹਾ ਜੀ, ਅਤੇ ਇਹ ਤਾਂ ਮਤਲਬ ਉਸ ਪਾਸੇ ਨੂੰ ਧੱਕ ਰਹੇ ਆ ਜੀ। ਮੇਰੇ ਖਿਆਲ 'ਚ ਪਤਾ ਨਹੀਂ ਮੋਦੀ ਸਰਕਾਰ ਕੀ ਸੋਚਦੀ ਆ, ਪਰ ਨਾਲ ਹੀ ਮੈਂ ਕੈਪਟਨ ਸਰਕਾਰ ਦਾ ਧੰਨਵਾਦ ਕਰਦਾ ਜੀ, ਜਿਹੜਾ ਨੇ ਉਹਨਾਂ ਨੇ ਆਪਦੀ ਵਿਧਾਨ ਸਭਾ ਦੇ ਵਿੱਚ ਇਹਨਾਂ ਬਿੱਲਾਂ ਨੂੰ ਚੈਲੇਂਜ ਕੀਤਾ ਜੀ। ਬਹੁਤ ਹੀ ਸ਼ਲਾਘਾਯੋਗ ਕਦਮ ਆ ਜੀ, ਉਹਨਾਂ ਨੇ ਆਪਦੀ ਸਰਕਾਰ ਨੂੰ ਹਰ ਚੀਜ਼ ਤੋਂ ਮਤਲਬ ਰਿਸਕ ਲੈ ਕੇ ਆਪਦੀ ਲਾਈਫ ਉਹਦਾ ਸਰਕਾਰ ਦਾ ਜੀ, ਅਤੇ ਉਹਨਾਂ ਨੇ ਜਿਹੜੇ ਬਿੱਲਾਂ ਦਾ ਵਿਰੋਧ ਕੀਤਾ, ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ। ਅਤੇ ਮੋਦੀ ਸਰਕਾਰ ਨੂੰ ਕਹਿੰਦਾ ਜੀ ਵੀ ਕਿਰਪਾ ਕਰਕੇ ਜਦੋਂ ਤੁਸੀਂ ਬਿੱਲ ਬਣਾਉਂਦੇ ਆ ਕੁਛ ਨਾ ਕੁਛ ਪਬਲਿਕ ਬਾਰੇ ਸੋਚੋ, ਤੁਸੀਂ ਪਬਲਿਕ ਦੇ ਲਈ ਹੋ, ਪਬਲਿਕ ਦੀ ਜ਼ਰੂਰ ਸੋਚੋ। ਸਰ ਜਿੱਦਾਂ ਕਿ ਹੁਣ ਆਪਾਂ ਦੇਖਿਆ ਜਾਵੇ ਟੂਲ ਟੈਕਸਾਂ ਦੇ ਧਰਨੇ ਲੱਗੇ ਨੇ, ਈਜ਼ੀ ਡੇ ਹੋ ਗਏ, ਰਿਲਾਇੰਸ ਦੇ ਪੈਟਰੋਲ ਪੰਪ ਹੋ ਗਏ, ਇਹਨਾਂ ਦਾ ਕੋਈ ਸਲਿਊਸ਼ਨ ਨਿਕਲੇਗਾ? ਇਹ ਕਦੋਂ ਤੱਕ ਧਰਨੇ ਚੱਲਣ ਵਾਲੇ ਨੇ? ਦੇਖੋ ਜੀ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬੀਅਤ ਦੀ ਗੱਲ ਕਰਾਂ ਜੀ, ਤਾਂ ਊਧਮ ਸਿੰਘ ਨੇ ਜਾ ਕੇ ਇੰਗਲੈਂਡ 'ਚ ਬਦਲ ਲਿਆ ਜੀ, ਅਤੇ ਭਗਤ ਸਿੰਘ ਨੇ ਅਸੈਂਬਲੀ ਦੇ ਵਿੱਚ ਇੱਕ ਬੰਬ ਸਿੱਟਿਆ ਸੀ ਵੀ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਕੁਛ ਨਾ ਹੋਵੇ, ਅਤੇ ਗੂੰਗੀ ਬੋਲੀ ਸਰਕਾਰ ਨੂੰ ਖੋਲ੍ਹਣ ਵਾਸਤੇ ਜੀ ਉਹਨੇ ਬੰਬ ਸਿੱਟਿਆ ਸੀ। ਸੋ ਇਹ ਤਾਂ ਸਾਨੂੰ ਵਿਰਸੇ 'ਚ ਮਿਲੀਆਂ ਹੋਈਆਂ ਚੀਜ਼ਾਂ, ਜਦੋਂ ਸਾਡੀ ਕੋਈ ਨਹੀਂ ਸੁਣਦਾ ਫਿਰ ਸਾਨੂੰ ਗੱਲਾਂ ਸੁਣਾਉਣੀਆਂ ਆਉਂਦੀਆਂ ਜੀ। ਅਤੇ ਇਹ ਜਿਹੜੇ ਧਰਨੇ ਆ ਜਾਂ ਇਹ ਜਿਹੜੇ ਹੈਗੇ ਆ, ਇਹ ਇੱਥੋਂ ਤੱਕ ਸੀਮਿਤ ਨੇ ਜੀ,
जे सरकार हजे भी साढ़े लोगों की नहीं सुनूगी तो फिर अगे जो गुरु महाराज ने मंजूर होगा उदा ही। सर किसानों के नाल नाल अज का एक मुद्दा होर चल रहा है कि अपने देश विच अपने पंजाब च कुड़ियां सेफ नहीं हैगियां। आप दिनों दिन नवीं तो नवीं कहानियां सुनने मिलदियां आपां नूं, उन्हां बारे तुसीं देश की सरकार नूं की अपील करते हो? देखो जी, बाबे नानक ने भी आख्या जी, सो को मंदा आखिए जिस जम्मे राजान। सो धियां दा सत्कार करना क्योंकि धी जिहड़ी औरत है जी, औरत जाति का सत्कार करना सब तो वध है जी। चाहे कोई गुरु साहब ला लो जी, कोई देवी ला लो, देवते ला लो जी, उन्होंने हमेशा लेडीज़ नूं अगे रखिया। कृष्ण ने भी, राधा कृष्ण, सीता राम, हर चीज़ के उत्ते इन्हों बराबर ग्रंथा के दिते जाते। पर जिहड़ी लोगों की मैंटैलिटी है, मतलब मैं समझदा वह बहुत ही बीमार लोग ने जिहड़े कुड़ियों के नाल रेप जां उन्हां नूं बुरी नज़र ना देखना, ठीक है ना, वो बहुत ही एक मंदभागी चीज़ है जी। योजे लोगों का इलाज करवाना चाहिए सरकार नूं जी, ठीक है। जे कोई परिवार के बच्चे इदा का करता भी है तो मापियां नूं आपके बच्चों नूं समझाना चाहिए भी ये हर एक धी का औरत का सत्कार करो क्योंकि वह माँ भी आ, भैन भी आ, घरवाली भी आ, जननी है जी सब तो पहला जी। तो इज्जत माण जे असी वह नहीं करांगे तो फिर किमें चलूगा जी समाज। सो ये जो रेप हो रहे हैं चीज़ों के सरकार वध तो वध मतलब सख्त तो सख्त कानून बनाने चाहिए है। आ मोदी किसानों के खिलाफ तो कानून बना रहा जी, तो इन चीज़ों के खिलाफ मोदी सरकार को कानून बनाने चाहिए है ता जो लोग डरन, किसी की इज्जत नहीं, किसी की मतलब माड़ी नगाह रखने तो लोग डरन जी। सरकार तो की मांग करते हो? चैनल राही जी देखो मैं यही बेनती करदा जी भी साडा जिहड़ा, पहली गल तो मैं पंजाब की गल करा तो पंजाब का बहुत सारा यूथ है जिहड़ा वह बाहर जा रहा जी, जी। पहला लोग बाहर कमाई करन जांदे सी ते उधरली कमाई इधर आउंदी सी जिहदे नाल पंजाब की फाइनैशियली जिहड़ी स्थिति सी वह बहुत मजबूत सी जी, जी। पर हुण की आ, हुण इधरों लोग पैसे जमीना वेच के पैसे ला के भी बाई बाई लाख रुपया ला के अपने बच्चे बाहर भेज रहे हैं। तो साडा जिहड़ा यूथ आ उहनूं सांभण दी लोड़ है जी। मैं पंजाब सरकार, हिंदुस्तान दी सरकार नूं कहना चाहुंदा कि प्लीज़ वह इस वल ध्यान रखण, ठीक है ना। तुसीं वोटां तां पब्लिक तो लैणियां ते पब्लिक तां बाहर तुरी जांदी आ, वह उधर सिटीजन चले जांदे, तुसीं वोटां किन्हां ते राज करोगे कल, ठीक है जी। जे तुसीं राज भी जे थोड़ी दिल दी इच्छा वा ते जिहड़ी पब्लिक आ उह चाहीदी आ जी, प्रजा थोड़ी खुश चाहीदी आ, लोग खुश चाहीदे ने, उहनां नूं नौकरी मिलनी चाहीदी आ, मापियां नूं सिक्योरिटी होनी चाहिए भी साडा बच्चा किसी माड़ी संगत वाले पासे नहीं जाऊगा, नशा नहीं करेगा। यह जिहड़ियां चीज़ां ने इन्हां ते सरकार नूं ध्यान देना। नशा एक बहुत वड्डी मार है जी पंजाब लई, हिंदुस्तान लई जी। नशे ते कंट्रोल होना चाहिए जी, बार्डर सील होने चाहिए, जिहड़े कैमिकल नशा चिट्टे वगैरह वर्गा बेच रहे हैं जी, इन्हां उत्ते पाबंदियां लगनियां चाहीदियां ने जी। सख्त कानून बनने चाहिए है जी, ये सख्त कानूनों तो बगैर ये चीज़ा नहीं होनी, तो उन्होंने इंप्लीमेंट 6 साल पहले की आप गल करिए अकाली सरकार सी पंजाब दे विच, तो उन्होंने चाहिए भी गड्डिया के शीशे आ काले नहीं होणगे जी, तो किवें देख लो जी हुण कोई काला करके दिखावे जी शीशा, गर्म लावे जी, ठीक है जी। सरकार चाहे की नहीं कर सकती जी, उन्होंने सब तरह की ताकत आ, पुलिस आ, आर्मी आ, हर चीज़ आ। सो बस एक नीति चाहिए है जी, उन्होंने नीतियाँ मैं समझदा भी सरकार माड़िया ने, इन्होंने जरूर सोचना चाहिए जी। सर साढ़े चैनल राही तुसीं पंजाब ते अपने पिंड की नौजवान पीढ़ी को की संदेश देना चाहते हो? पंजाब नूं तां जी संदेश यही है भी अपने आप नूं सांभे जी, बच्चों नूं सांभे, इत्थे आपदे कमाई दे साधन पैदा करे जी। जो तक नौजवानों की गल है जी, नौजवान वीरां नूं मेरी यही बेनती है भी मेहनत करो, जदों तुसीं मेहनत करोगे आपे रब फल लाऊगा जी। नौकरियां लभो, प्राइवेट मिलती है जां कोई मिलती, आपदे कमाई दे साधन करो, पढ़ो दिल ला के, जदों तुसीं करोगे रब आपे तरक्की बख्शूगा जी। जे मैं आपदी एग्जाम्पल देवां जी, तां मैं जदों 2006 दे विच जॉब स्टार्ट कीती सी तां मेरी सारी पहली तनखाह जिहड़ी मैं घरे लै के आया सी 2500 जी, पर मैं मेहनत कीती जी, मेहनत करके मैं एडमिनिस्ट्रेटर हैड बनया जी, पहले HOD बनया जी, HOD तो बाद एडमिनिस्ट्रेटर हैड रहा जी, मैं नॉर्थ वैसट कॉलेज ढूडी के विखे जी एडमिशन सैल का हैड रहा जी। सो तुसीं मेहनत करोगे जी, थोनू कुर्सियां तो जी मिल ही जानियां ने जी, पर थोड़ी स्टार्टिंग की लोड़ होंदी है। पर अजकल का नौजवान मोबाइल च बड़िया होया, पबजियां खेडी जांदा जी,
ਇੱਦਾਂ ਨਹੀਂ ਤਰੱਕੀਆਂ ਹੋਣੀਆਂ ਜੀ। ਤਰੱਕੀਆਂ ਹੋਣ ਵਾਸਤੇ ਸਾਨੂੰ ਕੰਮ ਕਰਨੇ ਪੈਣੇ ਆ, ਮਿਹਨਤ ਕਰਨੀ ਪੈਣੀ ਹੈ ਜੀ। ਮੁੜਕਾ ਕੱਢਾਂਗੇ ਤਾਂ ਕੁਛ ਨਾ ਕੁਛ ਨਿਕਲੂਗਾ ਜੀ। ਸਰ ਤੁਸੀਂ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਸਰ। ਤੁਹਾਡਾ ਵੀ ਜੀ, ਖਬਰ ਫਾਸਟ 24 ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਏ ਹੋ, ਸਮਾਂ ਦਿੱਤਾ ਜੀ। ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸੀ ਪਿੰਡ ਅਜੀਤਵਾਲ ਦੇ ਸਰਪੰਚ ਗੁਰਿੰਦਰਪਾਲ ਸਿੰਘ ਜੀ, ਜੋ ਕਿ ਬਲਾਕ 1 ਦੇ ਸਰਪੰਚ ਯੂਨੀਅਨ ਦੇ ਪ੍ਰੈਜ਼ੀਡੈਂਟ ਵੀ ਨੇ, ਔਰ ਜਿਨ੍ਹਾਂ ਨੇ ਇੱਕ ਨੌਜਵਾਨ ਪੀੜ੍ਹੀ ਵਾਸਤੇ ਮਿਸਾਲ ਕਾਇਮ ਕੀਤੀ। ਇਸੇ ਤਰ੍ਹਾਂ ਮਿਲਵਾਉਂਦੇ ਰਹਾਂਗੇ ਹੋਰ ਹਸਤੀਆਂ ਦੇ ਨਾਲ। ਸਤਿ ਸ਼੍ਰੀ ਅਕਾਲ।